घर के हालात सुधारन लई विदेश गए बलजीत सिंह दी होई मौत। 7 साल तो रह रहा सी विदेश विच। जवाई तो बाद हुण जवान पुत दे गया मापियों नूं विछोड़ा। अजकल दे पंजाब दी नौजवान पीढ़ी अपने घर के हालातों सुधारन लई विदेश वल नूं रुख करदी है, पर विदेशां जिन्हां नौजवानां नाल अनसुखावी घटना वापर जांदी है। एवें ही घर दे हालातां नूं सुधारन दा सुपना लैके 2014 विच अमरीका गए तिन्नां भैण भरावां चों सब तों छोटे बलजीत सिंह पुत्तर गुरमीत सिंह दी अमरीका च अचानक मौत हो जाण दा समाचार प्राप्त होया। इस बारे जानकारी दिंदिया सूबेदार मोहन सिंह ने दस्या कि अमरीका तो बीते दिन ही मकान मालक जिसके घर बलजीत सिंह रहिंदा सी उसका फोन आया कि बलजीत सिंह की अचानक मौत हो गई है, जिसनू सुनदिया ही जिथे परिवार उपर दुखां दा पहाड़ टुट पिया उथे सारे पिंड विच सोग की लहर दौड़ गई। प्राप्त जानकारी अनुसार बलजीत सिंह अमरीका विखे ट्राला चलाउंदा सी, जो पिछले 7 साल तो उत्थे ही रह रहा सी अते उसदे व्याह दी गल चल रही सी, जो थोड़े समय बाद अपने घर आउण वाला सी कि इह भाणा वरत गया। सूबेदार मोहन सिंह ने दस्या कि बलजीत सिंह दी डेड बॉडी इंडिया लियाउण लई काफी पैसे दी लोड़ है, जिस लई बाहरों कई लोग मदद कर रहे ने, पर अजे भी होर मदद दी लोड़ है। ਜ਼ਿਕਰਯੋਗ ਹੈ ਕਿ ਗੁਰਮੀਤ ਸਿੰਘ ਦੇ ਜਵਾਨ ਪੁੱਤਰ ਬਲਜੀਤ ਸਿੰਘ ਤੋਂ ਪਹਿਲਾਂ ਪਿਛਲੇ ਸਾਲ ਹੀ ਇਹਨਾਂ ਦੇ ਜਵਾਈ ਦੀ ਮੌਤ ਹੋ ਗਈ ਸੀ। ਪਰਿਵਾਰ ਉਸ ਸਦਮੇ ਚੋਂ ਬਾਹਰ ਹਲੇ ਨਿਕਲ ਰਿਹਾ ਸੀ ਕਿ ਇੱਕ ਹੋਰ ਨਾ ਸਹਿਣ ਯੋਗ ਭਾਣਾ ਪਰਿਵਾਰ ਨਾਲ ਵਾਪਰ ਗਿਆ। ਗੱਲਬਾਤ ਦਾ ਤੇ ਹੁਣ ਨਹੀਂਗਾ ਪਤਾ ਵੀ ਕੀ ਹੋਇਆ ਵਿਚਾਰੇ ਨੂੰ। 7 ਸਾਲ ਹੋ ਗਏ ਇੱਥੋਂ ਗਏ ਨੂੰ। 2014 ਦੇ ਵਿੱਚ ਗਿਆ ਸੀ ਆਪਣਾ ਕਮਾਈ ਕਰਨ ਵਾਸਤੇ, ਤੇ ਹੁਣ ਵਧੀਆ ਉਹਦਾ ਕਾਰੋਬਾਰ ਠੀਕ ਠਾਕ ਚੱਲਦਾ ਸੀ, ਵਧੀਆ ਟਰਾਲਾ ਚਲਾਉਂਦਾ ਸੀ। 28 ਤਰੀਕ ਉੱਥੋਂ ਦੀ 28 ਤਰੀਕ ਰਾਤ ਨੂੰ ਸ਼ਾਇਦ 11:30-12 ਵਜੇ ਅਤੇ ਉੱਥੇ ਨਾ ਰਿਸ਼ਤੇਦਾਰ ਆ ਉਹਦੇ ਵੱਡੇ ਭਰਾ ਦਾ ਸਾਲਾ ਵਾ ਉੱਥੇ, ਉਹਨੇ ਫਿਰ ਟੈਲੀਫੋਨ 'ਤੇ ਦੱਸਿਆ ਵੀ ਆਹ ਮਤਲਬ ਉਹਦੇ ਨਾਲ ਭਾਣਾ ਵਾਪਰ ਗਿਆ। ਉਦਮ ਦਾ ਬਸ ਇਹੋ ਹੀ ਪ੍ਰੋਗਰਾਮ ਕੀ ਆ, ਰੋਣ ਧੋਣ ਡਿਆ, ਉਹ ਕਾਰਵਾਈ ਕਰਨ ਡਿਆ ਉੱਥੇ ਜੋ ਵੀ ਆ ਉਹਨੂੰ ਲਿਆਉਣ ਦਾ, ਇੱਥੋਂ ਕਾਗਜ਼ ਬਣਾ ਕੇ ਅਸੀਂ ਭੇਜ ਦਿੱਤੇ ਆ। ਕੀ ਪ੍ਰਸ਼ਾਸਨ ਪ੍ਰਸ਼ਾਸਨ ਕੋਲੋਂ ਮੰਗ ਇਹੋ ਕਰਦੇ ਹਾਂ ਵੀ ਜੇ ਇਹਨਾਂ ਦੀ ਕੋਈ ਮਦਦ ਹੋ ਸਕੇ, ਵਿਚਾਰਿਆਂ ਨੇ ਕਿੰਨੇ ਪੈਸੇ ਲਾ ਕੇ ਭੇਜਿਆ ਅਤੇ ਅਜੇ ਮਹਾਂ ਉਹ ਸੈੱਟ ਵੀ ਨਹੀਂ ਹੋਇਆ ਅਤੇ ਉਹ ਮਤਲਬ ਆਹ ਭਾਣਾ ਵਾਪਰ ਗਿਆ। ਅਜੇ 1 ਸਾਲ ਪਹਿਲਾਂ ਹੀ ਇਹਨਾਂ ਦਾ ਜਵਾਈ ਦਾ ਐਕਸੀਡੈਂਟ ਹੋ ਗਏ, ਉਹ ਵੀ ਇੰਨੀ ਕੁ ਉਮਰ ਦਾ, ਉਹ ਹੀ ਵਿਚਾਰਾ ਉਹਦੀ ਡੈਥ ਹੋ ਗਈ, ਉਹ ਲੜਕੀ ਦਾ ਵੀ ਇੱਦਾਂ ਵਿਚਾਰਾ, ਬੜਾ ਹੀ ਮਤਲਬ ਬੰਦਾ ਹਾਲ। ਬੜੀ ਮੰਦਭਾਗੀ ਘਟਨਾ ਵਾ ਇਹ। ਪਰਿਵਾਰ ਦਾ ਜੋ ਕਿ ਬੱਚਾ ਸੀਗਾ ਬਲਜੀਤ ਸਿੰਘ, ਇਹ ਚੜ੍ਹਦੀ ਉਮਰ 'ਚ ਹੀ ਨਾਬਾਲਗ ਉਮਰ ਦੇ ਵਿੱਚ ਹੀ ਕਮਾਈ ਕਰਨ ਵਾਸਤੇ ਜਿਹੜਾ ਵਾ ਇਹ ਬਾਹਰ ਗਿਆ ਸੀਗਾ। ਇਹ ਸਾਰਾ ਪਰਿਵਾਰ ਹੀ ਬੜਾ ਇੱਥੇ ਭਲਾ ਮਾਨਸ ਅਤੇ ਸੇਵਾ ਸਤਿਕਾਰ ਕਰਨ ਵਾਲਾ ਪਰਿਵਾਰ ਆ, ਬਹੁਤ ਜ਼ਿਆਦਾ ਸੇਵਾ 'ਚ ਇਹਨਾਂ ਦੀ ਰੁਚੀ ਆ। ਇਹਦੀ ਵੀਰ ਦੀ ਬਲਜੀਤ ਦੀ ਇੱਕ ਭੈਣ ਜਿਹੜੀ BSF ਦੇ ਵਿੱਚ ਆਪਣੇ ਭਾਰਤ ਦੀ ਸੇਵਾ ਕਰ ਰਹੀ ਆ ਬਾਰਡਰਾਂ 'ਤੇ, ਔਰ ਇੱਕ ਬ੍ਰਦਰ ਇਹਦਾ ਜਿਹੜਾ ਉਹ ਸਿੰਗਾਪੁਰ ਆਪਦੀ ਰੋਜ਼ੀ ਰੋਟੀ ਕਮਾਉਣ ਲਈ ਉੱਥੇ ਸੈਟਲ ਆ। ਅਤੇ ਇਹ ਜਿਹੜਾ ਵਾ ਇਹ ਅਮੈਰੀਕਾ ਗਿਆ ਸੀਗਾ ਅੱਜ ਤੋਂ 5-6 ਸਾਲ ਪਹਿਲਾਂ, ਔਰ ਹੁਣ ਪਰਿਵਾਰ ਨੇ ਇਹਦੇ ਵਿਆਹ ਦੀ ਜਿਹੜੀ ਆ ਤਿਆਰੀ ਕਰ ਰਹੇ ਸੀਗੇ। ਬੜਾ ਸੈੱਟ ਸੀਗਾ, ਬੜੀ ਪਰਿਵਾਰ 'ਚ ਖੁਸ਼ੀ ਸੀਗੀ, ਔਰ ਆਹ ਜਿਹੜੀ ਮੰਦਭਾਗੀ ਘਟਨਾ ਹੋਈ ਆ ਬਹੁਤ ਜ਼ਿਆਦਾ ਝਟਕਾ, ਬਹੁਤ ਜ਼ਿਆਦਾ ਦੁੱਖ ਪਹੁੰਚਿਆ ਵਾ ਇਹ ਪਰਿਵਾਰ ਨੂੰ ਅਤੇ ਇਲਾਕੇ ਨੂੰ, ਕਿਉਂਕਿ ਜਿਹੜਾ ਬੱਚਾ ਸੀਗਾ ਬੜਾ ਹੋਣਹਾਰ ਬੱਚਾ ਸੀਗਾ, ਬੜਾ ਜਿਹੜਾ ਵਾ ਹਰ ਇੱਕ ਦਾ ਸਤਿਕਾਰ ਕਰਨ ਵਾਲਾ ਬੱਚਾ ਸੀਗਾ, ਅਤੇ ਪਰਿਵਾਰ ਨੂੰ ਪਿਛਲੇ ਕੁਝ ਸਾਲਾਂ ਦੇ ਵਿੱਚ ਬੜਾ ਇੱਕ ਅਗਾਂਹ ਵਧਾ ਕੇ ਲੈ ਕੇ ਗਿਆ ਸੀਗਾ, ਅਤੇ ਰਾਤ ਦਿਨ ਇੱਕ ਕਰਕੇ ਆਪਦੀ ਕਮਾਈ ਕਰ ਰਿਹਾ ਸੀਗਾ। ਸੋ ਇਹ ਜਿਹੜੀ ਇਹਦੀ ਅਚਾਨਕ ਮੌਤ ਹੋਈ ਆ ਇਹਦੇ ਨਾਲ ਪਰਿਵਾਰ ਨੂੰ ਅਤੇ ਜਿਹੜਾ ਦੁੱਖ ਪਹੁੰਚਣਾ ਇਹਦੇ ਨਾਲ ਇਲਾਕੇ ਨੂੰ, ਸਾਨੂੰ ਬੜਾ ਇਸ ਚੀਜ਼ ਦਾ ਮਹਿਸੂਸ ਹੋਇਆ ਕਿ ਬੜਾ ਪਿਆਰ ਕਰਨ ਵਾਲਾ ਇਨਸਾਨ ਸੀਗਾ। ਇਹੋ ਜਿਹੇ ਬੱਚੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਤੇ ਲੋਕ ਗਲਤ ਬੰਨੇ ਚੱਲੇ ਆ, ਅਤੇ ਕਮਾਈ ਕਰਨ ਵਾਲੇ ਬੱਚੇ ਅਤੇ ਸਤਿਕਾਰ ਕਰਨ ਵਾਲੇ ਬੱਚੇ ਬੜੇ ਘੱਟ ਆ। ਸੋ ਆਪਾਂ ਕਰ ਕੁਛ ਨਹੀਂ ਸਕਦੇ, ਮੈਂ ਵਾਹਿਗੁਰੂ ਅੱਗੇ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਣ, ਉਹਨਾਂ ਨੂੰ ਸ਼ਾਂਤੀ ਦੇਣ, ਅਤੇ ਪਰਿਵਾਰ ਦੇ ਨਾਲ ਅਸੀਂ MP ਸਾਹਿਬ ਵੱਲੋਂ। ਤਰਨ ਤਾਰਨ ਤੋਂ ਕੈਮਰਾਮੈਨ ਲਖਵਿੰਦਰ ਸਿੰਘ ਗੋਲਨ ਨਾਲ ਰਿੰਪਲ ਗੋਲਨ ਦੀ ਰਿਪੋਰਟ। ਸੰਤਾਨ ਪ੍ਰਾਪਤੀ, ਕਾਰੋਬਾਰ ਵਿੱਚ ਘਾਟਾ, ਵਿਦੇਸ਼ ਯਾਤਰਾ ਵਿੱਚ ਦੇਰੀ, ਪਤੀ ਪਤਨੀ ਵਿੱਚ ਕਲੇਸ਼, ਪੜ੍ਹਾਈ ਵਿੱਚ ਮਨ ਨਾ ਲੱਗਣਾ, ਪ੍ਰੇਮ ਵਿਆਹ ਸਿਰੇ ਨਾ ਚੜ੍ਹਨਾ, ਕੋਰਟ ਕਚਹਿਰੀਆਂ ਦੇ ਚੱਕਰਾਂ ਦੀ ਪਰੇਸ਼ਾਨੀ ਤੋਂ ਮੁਕਤੀ ਲਈ ਪਹੁੰਚੋ ਮੀਆਂ ਬਸ਼ੀਰ ਖਾਨ ਜੀ ਕੋਲ। ਇੱਕ ਵਾਰ ਫੋਨ ਜ਼ਰੂਰ ਕਰੋ, ਤੁਹਾਡਾ ਇੱਕ ਫੋਨ ਬਦਲ ਸਕਦਾ ਤੁਹਾਡੀ ਜ਼ਿੰਦਗੀ। ਪਿਆਰ ਵਿੱਚ ਧੋਖਾ ਖਾਣ ਵਾਲੇ ਪ੍ਰੇਮੀ ਪ੍ਰੇਮਿਕਾ ਵੀ ਇੱਕ ਵਾਰ ਜ਼ਰੂਰ ਸੰਪਰਕ ਕਰਨ।
ਹੁਣ ਸੁਪਨੇ ਦੇਖਣਾ ਛੱਡੋ ਇਹ ਸਭ ਮੁਸੀਬਤਾਂ ਜਾਂ ਖੁਆਇਸ਼ਾਂ ਨੂੰ ਪੂਰਾ ਕਰਨ ਲਈ ਚੁੱਕੋ ਕਦਮ ਫੋਨ ਨੰਬਰ 9876800768